हुण बठिंडा दे विच चिट्ठियां ने हड़कंप मचाया। बठिंडा दे विच 11 थावां नूं बंब नाल उड़ाउण दी धमकी दित्ती गई। बड़े जी 11 थावां दे विच किसान यूनियन धरने भी हैगे ने जी, मतलब कि 11 थावां विच जे किसान यूनियन नाल धरने लाउंदे ने उह वी बंब उड़ाउण दी गल कीती गई आ, थाणे उड़ाउण दी गल कीती गई आ, किला उड़ाउण दी गल कीती गई आ। बठिंडे दा किला वी कहिंदे उड़ावांगे असीं, मतलब कि सारा बठिंडे नूं अग लाउण नूं फिरदे आ जी। 6 चिट्ठियां ने जी, उहनां विच इक तां उहनां नूं इक तां उह जिहड़ा चिट्ठी लिखण वाला बंदा उहनूं पंजाबी नहीं आउंदी, ਕਾਲ ਸਥਾਨ ਲਿਖਦਾ ਥੱਥਾ ਪਾਉਂਦਾ ਪਿੱਛੇ। ਜੇਕਰ ਪੰਜਾਬ ਦੇ ਵਿੱਚ ਬੰਬਾਂ ਨਾਲ ਤੁਸੀਂ ਘਰ ਲੋਕਾਂ ਨੂੰ ਉਡਾ ਦਿਓਗੇ, ਸ਼ਹਿਰ ਉਡਾ ਦਿਓਗੇ, ਵਿਰਾਸਤੀ ਚੀਜ਼ਾਂ ਉਡਾ ਦਿਓਗੇ, ਕਿਲਾ ਉਡਾ ਦਿਓਗੇ, ਖਾਲਿਸਤਾਨ ਕਿੱਥੇ ਬਣਾਉਂਗੇ? ਤੁਹਾਨੂੰ ਬਠਿੰਡਾ ਦੇ ਵਿੱਚ ਚਿੱਠੀਆਂ ਨੇ ਹੜਕੰਪ ਮਚਾਇਆ। ਬਠਿੰਡਾ ਦੇ ਵਿੱਚ 11 ਥਾਵਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਬੜੇ ਜੀ 11 ਥਾਵਾਂ ਦੇ ਵਿੱਚ ਕਿਸਾਨ ਯੂਨੀਅਨ ਧਰਨੇ ਵੀ ਹੈਗੇ ਨੇ ਜੀ, ਮਤਲਬ ਕਿ 11 ਥਾਵਾਂ ਵਿੱਚ ਜੇ ਕਿਸਾਨ ਯੂਨੀਅਨ ਨਾਲ ਧਰਨੇ ਲਾਉਂਦੇ ਨੇ ਉਹ ਵੀ ਬੰਬ ਉਡਾਉਣ ਦੀ ਗੱਲ ਕੀਤੀ ਗਈ ਹੈ, ਥਾਣੇ ਉਡਾਉਣ ਦੀ ਗੱਲ ਕੀਤੀ ਗਈ ਆ, ਕਿਲਾ ਉਡਾਉਣ ਦੀ ਗੱਲ ਕੀਤੀ ਗਈ ਆ। ਬਠਿੰਡੇ ਦਾ ਕਿਲਾ ਵੀ ਕਹਿੰਦੇ ਉਡਾਵਾਂਗੇ ਅਸੀਂ, ਮਤਲਬ ਕਿ ਸਾਰਾ ਬਠਿੰਡੇ ਨੂੰ ਅੱਗ ਲਾਉਣ ਨੂੰ ਫਿਰਦੇ ਆ ਜੀ। 6 ਚਿੱਠੀਆਂ ਨੇ ਜੀ, ਉਹਨਾਂ ਵਿੱਚ ਇੱਕ ਤਾਂ ਉਹਨਾਂ ਨੂੰ ਇੱਕ ਤਾਂ ਉਹ ਜਿਹੜਾ ਚਿੱਠੀ ਲਿਖਣ ਵਾਲਾ ਬੰਦਾ ਉਹਨੂੰ ਪੰਜਾਬੀ ਨਹੀਂ ਆਉਂਦੀ, ਕਾਲ ਸਥਾਨ ਲਿਖਦਾ ਥੱਥਾ ਪਾਉਂਦਾ ਪਿੱਛੇ, ਖਾਲੀ ਖਾਲੀ ਖੱਖੇ ਨੂੰ ਖੰਨਾ ਲੱਲੇ ਨੂੰ ਬਿਹਾਰੀ, ਖਾਲੀ ਸਥਾਨ ਥੱਥਾ ਥੱਥੇ ਨੂੰ ਖੰਨਾ ਸਥਾਨ ਲਿਖਣਾ, ਉਹ ਖਾਲਿਸਤਾਨ ਜਿੰਦਾਬਾਦ। ਤਾਂ ਉਹਨੂੰ ਇਹ ਨਹੀਂ ਪਤਾ ਵੀ ਮੈਂ ਪੰਜਾਬੀ ਦਾ ਉਹਨੂੰ ਪਤਾ ਗਿਆਨ ਨਹੀਂ ਹੈਗਾ, ਪੰਜਾਬੀ ਕਿਉਂ ਨਹੀਂ ਵਧੀਆ ਉਹਦੀ ਹੈਗੀ ਨਹੀਂ, ਬੰਦੇ ਜਿਹਨੇ ਚਿੱਠੀ ਲਿਖੀ ਆ। ਛੱਡਦੇ ਨਹੀਂ, ਕਹਿੰਦਾ ਅਸੀਂ ਜੀ ਅੱਗ ਲਾ ਦਿਆਂਗੇ ਜੀ, ਅਸੀਂ ਸਾੜ ਦਿਆਂਗੇ ਜੀ, ਅਸੀਂ ਪਿੱਛੇ ਹਟਣ ਵਾਲੇ ਨਹੀਂ ਹੈਗੇ, ਅਸੀਂ ਅਤੇ 11 ਥਾਵਾਂ ਉੱਤੇ ਕਰਾਂਗੇ ਹਮਲੇ, ਬੰਬ ਸੁੱਟ ਫੋੜਾਂਗੇ। ਅਤੇ ਇਸ ਗੱਲ ਨੂੰ ਲੈ ਕੇ ਭਾਵੇਂ ਕਿ ਬਠਿੰਡਾ ਪੁਲਿਸ ਨੇ ਇਸ ਨੂੰ ਇਗਨੋਰ ਨਹੀਂ ਕੀਤਾ, ਬਠਿੰਡਾ ਪੁਲਿਸ ਨੇ ਪੂਰੇ ਤਰ੍ਹਾਂ ਅਲਰਟ ਕੀਤਾ, ਪੂਰੇ ਬਠਿੰਡੇ ਨੂੰ ਅਲਰਟ ਕਰਕੇ ਬਠਿੰਡਾ ਪੁਲਿਸ ਨੇ ਪੂਰੀ ਤਲਾਸ਼ੀ ਲਈ ਜਾ ਰਹੀ ਆ, ਬਠਿੰਡਾ ਪੁਲਿਸ ਪੂਰੀ ਸਤਰਕ ਹੈਗੀ ਆ ਜੀ, ਅਤੇ ਕਿਤੇ ਕੋਈ ਅਜਿਹੀ ਘਟਨਾ ਨਾ ਵਾਪਰ ਜਾਵੇ। ਪਤਾ ਨਹੀਂ ਇਹ ਲੋਕ ਚਿੱਠੀ ਵੀ ਪਾਈ ਹੈ, ਪਤਾ ਕਿੱਥੇ ਚਿੱਠੀ ਪਾਈ ਆ? ਡਾਕ ਰਾਹੀਂ ਜੀ, ਚਿੱਠੀ ਡਾਕ ਰਾਹੀਂ ਆਈ ਆ, ਡਾਕ ਰਾਹੀਂ ਚਿੱਠੀ ਪਹੁੰਚੀ ਆ ਜੀ। ਅਤੇ 6 ਚਿੱਠੀਆਂ, ਇੱਕ ਤਾਂ ਓਰਿਜਨਲ ਆ ਜੀ, ਅਤੇ 5 ਚਿੱਠੀਆਂ ਹੈਗੀਆਂ ਨੇ ਜੀ, ਫੋਟੋਸਟੇਟ ਕੀਤੀਆਂ ਹੋਈਆਂ, ਉਸ ਦੇ ਥਾਂ ਥਾਂ 'ਤੇ ਪਹੁੰਚੇ ਨੇ ਜੀ ਉਹ, ਅਤੇ ਬਠਿੰਡੇ ਵਿੱਚ ਉਡਾਉਣ ਨੂੰ ਫਿਰਦੇ ਲੋਕ ਲੈ, ਪਤਾ ਨਹੀਂ ਕੀ ਉਡਾ ਕੇ ਕੀ ਹਾਲਤ ਹੱਥ ਕਰਨਾ ਚਾਹੁੰਦੇ ਆ ਉਹ। ਜੇਕਰ ਪੰਜਾਬ ਦੇ ਵਿੱਚ ਬੰਬਾਂ ਨਾਲ ਤੁਸੀਂ ਘਰ ਲੋਕਾਂ ਨੂੰ ਉਡਾ ਦਿਓਗੇ, ਸ਼ਹਿਰ ਉਡਾ ਦਿਓਗੇ, ਵਿਰਾਸਤੀ ਚੀਜ਼ਾਂ ਉਡਾ ਦਿਓਗੇ, ਕਿਲਾ ਉਡਾ ਦਿਓਗੇ, ਖਾਲਿਸਤਾਨ ਕਿੱਥੇ ਬਣਾਓਗੇ ਫਿਰ? ਖਾਲਿਸਤਾਨ ਤੁਸੀਂ ਕੋਈ ਉਹਨਾਂ ਨੂੰ ਅੱਗ ਨਾਲ ਸੜੇ ਹੋਏ ਦੇ ਇਲਾਕੇ ਨੂੰ ਬਣਾਓਗੇ ਖਾਲਿਸਤਾਨ? ਮਤਲਬ ਕਿਹੋ ਜਿਹੀ ਸੋਚ ਲੈ ਕੇ ਅਸੀਂ ਪੰਜਾਬ ਦੇ ਵਿੱਚ ਵੜ ਰਹੇ ਹਾਂ? ਚੰਦ 'ਤੇ ਜ਼ਮੀਨ ਮਿਲ ਰਹੀ ਅੱਜ ਕੱਲ੍ਹ? ਹਾਂ, ਚੰਦ 'ਤੇ ਜ਼ਮੀਨ ਤਾਂ ਫਿਰ ਉੱਥੇ ਤੱਕ ਜਿੱਕੀ ਜਾਣਾ ਉਹਨਾਂ ਨੇ, ਇੱਥੇ ਗੱਲਾਂ ਕਰ ਸਕਦੇ ਨੇ, ਜਾਂ ਬਹਿ ਕੇ ਇੰਗਲੈਂਡ 'ਚ ਗੱਲ ਕਰ ਸਕਦੇ ਨੇ, ਅਮਰੀਕਾ 'ਚ ਬਹਿ ਗੱਲ ਕਰ ਸਕਦੇ ਨੇ ਖਾਲਿਸਤਾਨ ਦੀ, ਜਾਂ ਫਿਰ ਚੁੱਪ ਚਾਪ ਗੱਲ ਕਰ ਸਕਦੇ ਨੇ ਕਰ ਸਕਦੇ ਜੀ। ਕਿਹਾ ਯਾਰ ਤੁਸੀਂ ਇਹ, ਮਤਲਬ ਕਿ ਅੱਗ ਲਾ ਕੇ ਬੰਬਾਂ ਨਾਲ ਉਡਾ ਕੇ ਪੰਜਾਬ ਨੂੰ ਤੁਸੀਂ ਇੱਥੇ ਖਾਲਿਸਤਾਨ ਬਣਾਉਣਾ ਚਾਹੁੰਦੇ ਹੋ? ਕੀ ਸਾਬਤ ਕਰਨਾ ਚਾਹੁੰਦੇ ਹੋ? ਮਤਲਬ ਕਿ ਮੈਨੂੰ ਸਮਝ ਨਹੀਂ ਆਉਂਦੀ ਗੱਲ ਦੀ, ਕਿਹੋ ਜਿਹੇ ਲੋਕਾਂ ਦੇ ਦਿਮਾਗ ਨੇ ਇਹ? ਅਤੇ ਇਹ ਸਾਨੂੰ ਸਿਖਾਇਆ ਗੁਰੂ ਸਾਹਿਬ ਨੇ, ਗੁਰੂ ਸਾਹਿਬ ਨੇ ਤਾਂ ਦੂਜੇ ਧਰਮਾਂ ਨੂੰ ਬਚਾਉਣ ਵਾਸਤੇ ਸਗੋਂ ਆਪਣੇ ਸੀਰ ਦਿੱਤੇ ਨੇ, ਆਹ ਸਿੱਖਿਆ ਸਾਨੂੰ ਮਿਲ ਰਹੀ ਹੈ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ, ਗੱਲ ਕਰਾਂਗੇ ਸਿਆਸੀ ਹਵਾ ਦੀ, ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ, ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ, ਦੱਸਾਂਗੇ ਕੌਣ ਕਰ ਰਿਹਾ ਤੁਹਾਡੇ ਤੇ ਸਬਰ, ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ, ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ, ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ, ਹੋਣਗੇ ਹਰ ਪਹਿਲੂ ਤੇ ਰੋਸ ਚਰਚੇ, ਖੋਲਾਂਗੇ ਅੰਦਰੂਨੀ ਰਾਜ, ਬਣਾਂਗੇ ਬੁਲੰਦ ਆਵਾਜ਼, ਖੇਡ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ, ਹਰ ਪਿੰਡ ਹਰ ਸ਼ਹਿਰ ਜਾਵਾਂਗੇ, ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਝਾਲ, ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ, ਕੀ ਕਰਦੀ ਹੈ ਸਾਡੀ ਸਰਕਾਰ, ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ, D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ ਸਿਰਫ ਲੋਕਾਂ ਦੀ ਗੱਲ, ਧਰਮ ਧਰੋਹਰ ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ, ਅਬ D5 ਚੈਨਲ ਹਿੰਦੀ ਵੀ ਹੋਗਾ ਸਰ, D5 ਚੈਨਲ ਪੰਜਾਬੀ, ਆਪਣੀ ਧਰਤੀ ਆਪਣੇ ਲੋਕ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੁਲਰਾਜ ਚੰਦਾਵਾ ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ, ਜਿਹੜਾ ਲਾਂਚ ਹੋ ਚੁੱਕਾ ਹੈ ਹੁਣ ਕੈਨੇਡਾ ਵਿੱਚ।